ਬੜੀ ਆ ਇੱਥੇ ਹੋਰ ਚਾਚਾ ਕਿਵੇਂ ਆ ਉਹ ਵਧੀਆ ਵਧੀਆ ਭਤੀਜ ਆ ਜਾ ਬਹਿ ਜਾ ਫਿਰ ਇੱਧਰ ਲੈ ਕਰਦੇ ਆ ਗੱਲਾਂ ਗੁੱਲਾਂ ਚਾਚਾ ਬਹੁਤ ਗਰਮੀ ਪੈਂਦੀ ਅੱਜ ਕੱਲ੍ਹ ਬੜਾ ਬੁਰਾ ਹਾਲ ਹੋਇਆ ਪਿਆ ਫਸਲਾਂ ਫੁਸਲਾਂ ਦਾ ਵੀ ਕੋਈ ਨਹੀਂ ਹੋਰ ਚਾਚਾ ਪਾਣੀ ਦਾ ਸੁਣਿਆ ਅੱਜ ਕੱਲ੍ਹ ਹਾਂ ਹਾਂ ਪਾਣੀ ਨੇ ਤਾਂ ਬੁਰਾ ਹਾਲ ਕੀਤਾ ਪਿਆ ਲੋਕਾਂ ਦਾ ਅੱਠ ਅੱਠ ਨੌ ਨੌ ਫੁੱਟ ਲੋਕਾਂ ਦੇ ਘਰੇ ਖੜੇ ਆ ਪਾਣੀ ਹੋਰ ਚਾਚਾ ਮੁੰਡੇ ਦਾ ਕੀ ਹਾਲ ਆ ਮਾੜਾ ਚੰਗਾ ਪੜ੍ਹੀ ਜਾਂਦਾ ਕਾਲਜ ਜਾਂਦਾ ਵਾ ਅਤੇ ਦੇਖੋ ਕੀ ਕਰਦਾ ਉਹਦੀ ਕਿਸਮਤ ਉਹਦੇ ਨਾਲ ਮੇਰੀ ਮੇਰੇ ਨਾਲ ਚੱਲ ਫਿਰ ਚਾਚਾ ਘਰ ਗਿਆ ਕਿ ਘਰੇ ਤਾਂ ਕੀ ਅਜੇ ਮੋਟਰ 'ਤੇ ਹੀ ਪੈਣਾ ਇੱਥੇ ਬਾਪੂ ਭਈਆ ਦੇ 5,000 ਅੱਜ ਮੈਂ ਜਿੰਮ ਦੀ ਬੀਜ ਦੇਣੀ ਨਾਲੇ ਕੋਲ ਖਾਣ ਪੀਣ ਨੂੰ ਲਿਆਉਣਾ ਕਰਦਾ ਤੇਰਾ ਵੀ ਕੋਲ ਖੇਤੀ ਕਰੀ ਮੈਂ ਆਉਣਾ ਹੀ ਚੰਗਾ ਸ਼ਹਿਰ ਹੋ ਗਏ ਕੋਈ ਨਾ ਪਤਾ ਕਰਕੇ ਚਾਚਾ ਇਹਨੇ ਕੀ ਕਰਨਾ ਜਿੰਮ ਜਾ ਕੇ ਇਹਨੂੰ ਖੇਤਾਂ ਖੁਦ ਦੇ ਕੰਮ ਲਾ ਉਹ ਕਤੀੜਾਂ ਅੱਜ ਕੱਲ੍ਹ ਦੀਆਂ ਕਿੱਥੇ ਆਖੇ ਲੱਗਦੀਆਂ ਇਹ ਕਿੱਥੋਂ ਖੇਤਾਂ 'ਚ ਕੰਮ ਕਰਦੇ ਆ ਮੈਂ ਨਹੀਂ ਜਾਣਾ ਕੱਲ੍ਹ ਕੀ ਗੱਲ ਆ ਮੈਂ ਬਾਹਰ ਜਾਣਾ ਮੈਨੂੰ ਪੈਸੇ ਚਾਹੀਦੇ ਆ ਚਾਚਾ ਘਰ ਹੁਣ ਕਿਵੇਂ ਕਰਨਾ ਤੈਨੂੰ ਇਹ ਮੋਟਰਸਾਈਕਲ ਵੇਚ ਦਿੰਦੇ ਆ ਦੇਣੇ ਤਾਂ ਹੈਗੇ ਕੱਜਰ ਨੂੰ ਪੈਸੇ ਹੋਰ ਕੀ ਹਾਲ ਆ ਤੂੰ ਵਧੀਆ ਵਧੀਆ ਆਹੋ ਇਹੀ ਆ ਕੀ ਮੰਗਦੇ ਦਾ 20,000 ਬਾਕੀ ਸ਼ਾਮਾਂ ਨੂੰ ਦੇ ਦੂ ਮੈਂ ਠੀਕ ਹੈ ਚੱਲ ਠੀਕ ਆ ਬੰਦੋਬਸਤ ਹੋ ਗਿਆ ਸੱਜੇ ਦੇਖ ਸੱਜੇ ਹਾਂ ਹਾਂ ਇੱਧਰ ਹੀ ਉੱਤੇ ਹੀ ਗਿਆ ਏ ਧਿਆਨ ਨਾਲ ਹੌਲੀ ਹੌਲੀ ਜਾਈ ਆ ਗੋਲੀਆਂ ਚੱਕ ਲੈਂਦਾ ਹਾਂ ਵੀ ਕਾਕਾ ਹੈਲਮਟ ਵੀ ਹਾਂਜੀ ਕਿਹਨੂੰ ਮਿਲਣਾ ਜੀ ਜਰਨੈਲ ਸਿੰਘ ਆਇਆ ਘਰੇ ਮੇਰਾ ਡੈਡੀ ਆ ਜੀ ਚੱਲ ਬੁਲਾ ਕੇ ਲਿਆ ਕਿੱਥੇ ਆ ਫਿਰ ਆਹ ਵੇਖ ਕਿੰਨੀਆਂ ਕਿੰਨੀਆਂ ਲੰਮੀਆਂ ਲਿਸਟਾਂ ਪੈਸੇ ਲੈ ਲੈਂਦੇ ਆ ਬਾਅਦ ਚ ਮੋੜਨ ਦਾ ਨਾਂ ਨੀ ਲੈਂਦੇ ਲੋਕ ਇੱਥੇ ਮੋਟਰਾਂ ਦੇ ਧੱਕੇ ਖਾਂਦੇ ਫਿਰਦੇ ਲੈ ਚਾਚਾ ਲੈਟ ਵੀ ਗਈ ਆ ਕਰਜ਼ਾ ਚੋ ਚੋ ਕੇ ਝੋਨਾ ਲਾਇਆ ਗੰਦੀਆਂ ਸਰਕਾਰਾਂ ਸਾਡੀਆਂ ਹੋਰ ਯਾਰ ਬਾਪੂ ਹਾਂ ਬੈਂਕ ਵਾਲੇ ਆਏ ਮਿਲ ਤੈਨੂੰ ਚਾ ਪੁੱਤ ਮੈਂ ਆਉਣਾ ਆ ਗਏ ਹਾਲ ਆਇਆ ਕਿੰਨਾ ਟਾਈਮ ਹੋ ਗਿਆ ਬੈਠੇ ਨੂੰ ਆਏ ਨਹੀਂ ਯਾਰ ਹਾਲੇ ਤੱਕ ਉਹ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਬੂ ਜੀ ਕੌਣ ਜੀ ਇਹ ਤਾਂ ਭੁੱਲ ਗਿਆ ਨਾ ਬੈਂਕ ਤੋਂ ਕਰਜ਼ਾ ਲਿਆ ਉਦੋਂ ਹੁਣ ਹੁਣ ਕੌਣ ਹੋ ਗਿਆ ਜੀ ਉਹ ਕਰਜ਼ਾ ਲਿਆ ਅਸੀਂ ਲਾ ਦਾਂਗੇ ਮੈਨੂੰ ਥੋੜਾ ਜਾ ਟਾਈਮ ਦੇ ਦੋ ਬਹੁਤ ਟਾਈਮ ਹੋ ਗਿਆ 2 ਸਾਲ ਅੱਗੇ ਨਿਕਲ ਗਿਆ ਨਹੀਂ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦੇ ਪੈਂਦਾ ਸੋਕਾ ਕਦੇ ਸਭ ਕੁਝ ਹੜ ਗਿਆ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ ਹੋਇਆ ਅੱਗੇ ਚੜ ਕੇ ਟਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਬੁੜਾ ਕਿਤੇ ਬੈਂਕਾਂ ਦੇ ਗੁੱਸੇ ਸ਼ੀਸ਼ੇ ਸੀ ਨਾ ਪੀਜੇ ਆਹੋ ਯਾਰ ਵਿੱਚ ਬਾਪੂ ਕਿਹੜੀ ਕਿਹੜੀ ਦਵਾਈ ਪੀਣ ਲੱਗਾ ਉਹ ਕੰਜਰਾ ਐਡਾ ਪੁੱਛਦਲ ਨੀਗਾ ਮੈਂ ਤੇ ਪੱਠਿਆਂ ਨੂੰ ਸਪਰੇਅ ਕਰਨ ਲੱਗਾ ਨਾਲੇ ਮੈਂ ਕਰਜ਼ੇ ਪਿੱਛੇ ਖੁਦਕੁਸ਼ੀ ਕਰਦਾ ਪਾਗਲ ਨਹੀਂ ਮੈਂ
ਕੋਈ ਨਾ ਚਾਚਾ ਲਾ ਲਾਂਗੇ ਆਪਾਂ ਕਰਜ਼ਾ ਨਾਲ ਮਿਲ ਕੇ। ਹਾਂ ਪੁੱਤ ਕੋਈ ਨਾ ਕੋਈ ਨਾ, ਆਪਾਂ ਖੁਦ ਗੋਈ ਥੋੜੀ ਕਰਨੀ ਆ। ਬਾਪੂ ਪੰਜ ਕਿਹੜਾ ਹੈਗਾ, ਮੈਂ ਨੀ ਜਾਣਾ ਕਾਲਜ। ਕੀ ਗੱਲ ਆ, ਮੈਨੂੰ 25 ਕਮਲ ਮਾਰ ਦੇ। ਹਾਂ ਵੇ ਮੈਂ ਬਣਾਉਣਾ ਵਾ, ਤੁਹਾਡੀ ਵਧੀਆ ਹੋਈ, ਉਹਨਾਂ ਨੂੰ ਦੱਸਣਾ ਨਹੀਂ ਪੈਂਦਾ। ਬਾਬੂ ਮੈਨੂੰ ਦੇਣਾ 25,000 ਰੁਪਏ ਚਾਹੀਦਾ, ਮੈਨੂੰ ਨਹੀਂ ਪਤਾ ਜੀ। ਮੈਂ ਨੀ ਜਾਣਾ ਕਾਲਜ ਕੀ ਗੱਲ ਆ ਮੈਨੂੰ 25 ਕਰਤਾ।